ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਮੈਚ ਸ਼ੁਰੂ ਕਰਾ ਲਓ ਜੀ, ਕਮੈਂਟਰੀ ਜਾਰੀ ਰੱਖੋ ਜੀ। ਹਰਦੀਪ ਸਿੰਘ ਮੁੰਡਿਆਂ ਮਲੇਸਾ, ਬਹੁਤ ਸਾਰਾ ਮਾਣ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਭੇਜਿਆ। ਹਾਂਜੀ, ਗੁਰਾਂ ਕੋ ਵੀ ਕਰੋ ਕਮੈਂਟਰੀ। ਬਹੁਤ ਬਹੁਤ ਧੰਨਵਾਦ ਜੀ। ਹਰਦੀਪ ਸਿੰਘ ਜੀ ਮੁੰਡਿਆਂ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ। ਪ੍ਰਭ ਬਰੈਚ ਵੱਲੋਂ ਦੋਵਾਂ ਟੀਮਾਂ ਦੇ ਪਾਸੇ ਜਿੰਨੇ ਵੀ ਜੱਫੇ ਲੱਗਣਗੇ, ਹਰ ਇੱਕ ਜੱਫਾ ਪ੍ਰਭ ਲਈ 500 ਦਾ, ਹਰ ਇੱਕ ਜੱਫਾ 500 ਦਾ ਹੋਵੇਗਾ। ਮਨਜਿੰਦਰ ਸਿੰਘ ਬਰੈਚ ਵੱਲੋਂ ਦੋਵੇਂ ਟੀਮਾਂ ਦੇ ਲਈ 500 ਦੇ ਮਾਣ ਆਏ ਨੇ। ਲਓ ਸਾਹਮਣੇ ਕਬੱਡੀ ਮੈਦਾਨ ਦੇ ਲਈ ਕਹਿੰਦੇ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀ ਵੀ ਡੇਲੀ ਦੀ ਕਬੱਡੀ ਪੈਂਦੀ ਹੋਈ, ਪਰ ਅੰਕ ਸਾਹਮਣੇ ਆਪਾਂ ਵੇਖੀ ਰੇਟਰ ਦੇ ਹਿੱਸੇ ਦੇ ਵਿੱਚ ਹੈ। ਆਪਣੀ ਟੀਮ ਦੇ ਲਈ ਜੋੜ ਲਈ ਇੱਕ ਡਾਊਟਰ ਦੱਸੋ ਜੀ, ਇੱਕ ਪਲੇਅਰ ਦਾ ਗੋਠਾ ਨਿਕਲ ਗਿਆ। ਹਾਂ, ਉਹਦਾ ਵੀ ਕੋਈ ਵੀ ਜਾਣਕਾਰ ਹੋਏ ਤਾਂ ਪਲੇਅਰ ਉਹ ਪਾਜੀ ਦਾ ਹੀ ਹੈਗਾ, ਕਰ ਦੇਣਾ ਸੀ ਨਾ। ਬਾਬਾ ਜੀ ਵੱਲੋਂ ਬਾਬਾ ਹਰਜੀਤ ਸਿੰਘ ਜੀ ਕਹਿੰਦੇ ਵੀ ਹਰੇਕ ਜੱਫਾ ਇੱਕ ਇੱਕ 1000 ਦੇ ਲਾਣ ਹੋਣਗੇ। ਜੇ ਆਵਾਂ ਵੀ ਪੂਰਾ ਜੱਫਾ ਆਵੇ ਉਹ ਬਚਾਈਆਂ ਕਹਿੰਦਾ ਵੀ ਪ੍ਰਭ ਭਾਈ ਵੱਲੋਂ ਆਪਾਂ 500 ਦੇ ਲਾਣ ਲਾਵਾਂਗੇ। ਪ੍ਰਭ ਬਰੈਚ ਵੱਲੋਂ ਕੁੜੀਆਂ ਦੇ ਜੱਫਿਆਂ ਦੇ ਬੜੇ ਲਾਣ ਤੇ ਚੰਗਾ ਦੇ ਹਰੇਕ ਜੱਫੇ ਤੇ 500 ਦੇ ਲਾਣ ਹੋਣਗੇ। ਅਮਨ ਦੀ ਪਗੜੀ ਦੇ ਉੱਤੇ ਜਾਫੀ ਚਾਰ ਤਿੰਨੋ ਹੋਈ ਇੱਕ ਕਲੀ ਉੱਤੇ ਜਿੰਨੇ ਵੀ ਜਿਹੜੇ ਆਮ ਆਦਮੀ ਪਾਰਟੀ ਤੋਂ
ਅੱਜ ਵੀ ਇਹਨਾਂ ਖੇਡਾਂ ਤੇ ਸਾਡੇ ਦਰਮਿਆਨ ਪਹੁੰਚੇ ਹੋਏ ਨੇ। ਵਿਧਾਇਕ ਪਰਿਵਾਰ ਦੇ ਵੱਲੋਂ ਸਾਰਿਆਂ ਦਾ ਹਾਰਦਿਕ ਸਵਾਗਤ ਕੀਤਾ ਜਾ ਰਿਹਾ ਹੈ। ਪ੍ਰੋਫੈਸਰ ਬਲਜਿੰਦਰ ਕੌਰ ਜੀ, MLA ਤਲਵੰਡੀ ਸਾਬੋ, ਚੀਫ ਵਿਪ ਪੰਜਾਬ ਵਿਧਾਨ ਸਭਾ, ਨਿੱਕੀ ਜੀ ਆਇਆਂ ਆਪਦੇ ਹਾਂ ਜੀ, ਸਾਡੇ ਸਾਥੀ ਬੁਲਾਰੇ ਖੇਡ ਦੇ ਮੈਦਾਨ ਤੋਂ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਖਿਡਾਉਣ ਦੇ ਲਈ ਆਪਾਂ ਵੇਖਦੇ ਹਾਂ ਜੀ, ਡੇਲੀ ਅੱਗੇ ਵੱਲ ਨੂੰ ਵੱਧ ਰਹੀ ਚਾਰ ਜਾਫੀਆਂ ਦੇ ਵਿੱਚੋਂ ਟੱਪ ਵਾਈ ਮੈਡਮ ਜੀ ਚੰਨੋ ਦਾ ਹਰ ਇੱਕ ਜਾਫਾ 500 ਦਾ ਹੋਵੇਗਾ। ਹਰਦੀਪ ਸਿੰਘ ਜੀ ਮੰਡੀਆਂ MLA ਸਾਹਿਬ ਬੈਠੇ ਆ, MLA ਸਾਹਿਬ ਆਪਣੇ ਇਲਾਕੇ ਦੇ ਜਿਹੜੇ ਚੋਟੀ ਦੇ ਬਣਾਏ ਕੜਿਆਣੇ ਵਾਲੇ ਉਹ ਦਾ ਮਾਨ ਸਨਮਾਨ ਅੱਜ ਕਹਿੰਦੇ ਗੁਰਪਾਲ ਸਿੰਘ ਵਿਧਾਇਕ ਦੇ ਵੱਲੋਂ 51,000 ਦੀ ਨਗਦ ਰਾਸ਼ੀ ਦੇ ਨਾਲ ਕੀਤਾ ਜਾਵੇਗਾ। MLA ਸਾਹਿਬ ਬੈਠੇ ਆ, ਲਓ ਓਮ ਬਾਈ ਦੇ ਲਈ ਵੱਡੀ ਮੁਬਾਰਕਬਾਦ ਹੈ ਮੇਰੇ ਵੀਰੋ। ਸਾਹਮਣੇ ਕਬੱਡੀ ਚੌਂਕ ਦੇ ਲਈ ਆਪਾਂ ਵੇਖੀਏ ਵੀ ਖੇਡ ਮੈਦਾਨ ਦੇ ਵਿੱਚ ਜੱਸੀ ਅੱਗੇ ਦਿਨ ਵੱਧਦੀ ਹੋਈ ਚਾਰ ਜਾਫੀ ਰਾਏਕੋਟ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੀਆਂ ਖਿਡਾਰੀਆਂ ਨੇ। ਚਾਰ ਦੇ ਵਿੱਚ ਮੁਕਾਬਲਾ ਕਿਹਦੇ ਨਾਲ ਹੋਣਾ ਇਹ ਸਮੇਂ ਦੀਆਂ ਬਾਤਾਂ ਹੋਣਗੀਆਂ। ਓਮ ਬਾਈ ਮੈਡਮ ਦੀ ਪੂਜਾ ਜਗਰਾਉਣ ਦਾ ਤੇ ਸਾਡੇ ਮੈਡਮ ਜੀ ਨੇ ਲਾਡੀ ਮੈਡਮ ਜੀ ਉਹਨਾਂ ਦਾ ਸਨਮਾਨ ਜਿਹੜਾ ਵੱਡੇ ਬਾਲ ਪੇਪਰਾਂ ਦੇ ਨਾਲ ਕੀਤਾ ਜਾਵੇਗਾ। ਪੈਂਦੀ ਰੇਡ ਤੇ ਗੋਰੇ ਵੀ ਕਰਦੇ ਚਰਚਾ ਉਧਰ ਸਾਡੇ ਨਾਲ ਦੀ ਸਰਕਾਰ ਦੇ ਜੀਓ ਨੇ ਪ੍ਰੋਫੈਸਰ ਬਲਜਿੰਦਰ ਕੌਰ ਜੀ MLA ਤਲਵੰਡੀ ਸਾਬੋ, ਹਰਦੀਪ ਸਿੰਘ ਜੀ ਮੁੰਡੀਆ MLA ਸਾਡੇ ਨਾਲ ਸੁਖਮਲ ਸਿੰਘ ਜੀ ਪੱਲ, ਸੀਨੀਅਰ ਆਗੂ ਗੁਰਪਾਲ ਸਿੰਘ ਜੀ ਬਰੈਚ ਬਾਜੜੇ ਪਿੰਡ ਵਾਲੇ ਜਿਹਨਾਂ ਨੇ ਵੱਡਾ ਕਬੱਡੀ ਕੱਪ ਇਹ ਚੱਲ ਵਿਚਾਲੇ ਰਾਤੀ ਗੁਰਪਾਲ ਸਿੰਘ ਜੀ ਸਾਡੇ ਪਹਿਲਾ ਸਾਹਿਬ ਅਸੀਂ ਦਿਲੋਂ ਧੰਨਵਾਦ ਕਰ ਰਹੇ ਹਾਂ। ਚੰਨੋ ਦਾ ਹਰੇਕ ਜੱਫਾ ਪਿਆਰ ਬਰੈਚ ਜਿਹੜਾ 500 ਦੇ ਮਾਰੇ ਹੋਣਗੇ 500 ਦੇ ਵੱਡੇ ਮਹਾਨ ਸਨਮਾਨ ਦਿੱਤੇ ਜਾਣਗੇ। ਮੈਂ ਅਗਲੀ ਕਬੱਡੀ ਪਾਲ ਦੀ ਸਿਮਰਨ ਰਈਏ ਵਾਲੀ ਪਿਆਰ ਤੇ ਲਾ ਕੇ ਰਈਆ ਰਈਆ ਪਹਿਲਾਂ ਸਿਮਰਨ ਦਾ ਰਈਏ ਵਾਲੀ ਕਬੱਡੀ ਪਾਲੀਆ। ਪਰ ਦੂਜੇ ਪਾਸੇ ਹੁਣ ਦੇਖਾਂਗੇ ਰਾਏਕੋਟ ਦੀ ਟੀਮ ਵੀ ਖਿਡਾਰ ਨੇ ਕਰਦੀ ਟਰਾਈ ਜੇਲ ਪਰ ਅੱਗੇ ਤਾਰੀ ਬੱਚੂ ਤਾਰੀ ਬੱਜੋ ਤਾਰੀ ਬੱਜੋ ਹਰੇ ਕਮਾਲ ਹੋਈ ਦਰਸ਼ਕ ਵੀਰ ਠਾਠਾ ਮਾਰਦਾ ਹੋਇਆ ਇਕੱਠ ਸਾਰੇ ਦਰਸ਼ਕਾਂ ਦੇ ਘਰਦਾ ਨਵੀਂ ਧੂੜ ਵਾਲਿਆ ਅਮਨਦੀਪ ਚੋਟੀ ਨੇ ਤਾਂ ਅਮਨਦੀਪ ਕਬੱਡੀ ਪੈਰੀ ਕਰਦੇ ਗੱਲ ਲਓ ਖੇਡ ਮੈਦਾਨ ਦੇ ਵਿੱਚ ਕਹਿੰਦੇ ਅਮਨਦੀਪ ਕਬੱਡੀ ਪੈਰੀ ਹੈ ਪ੍ਰਭ ਵਿਧਾਇਕ ਸਾਡਾ ਵੀਰ ਕਹਿੰਦੇ ਚੱਲੋ ਦਾ ਹਰ ਇੱਕ ਜਫਾ 500 ਦਾ ਉਧਰ ਕਹਿੰਦੇ ਨੇ ਪੂਜਾ ਚਗਰਾਉਣ ਵਾਲੀ ਜਫਾ ਲਾਊ ਫਿਰ ਵੀ ਹਰ ਇੱਕ ਜਫੇ ਦੇ ਉੱਤੇ 500 ਦਿੱਤਾ ਜਾਣਾ ਪਰ ਚੱਲੋ ਜਿਹੜੀ ਜਰੂਰ ਗਰਾਊਂਡ ਵਿੱਚ ਆਪਾਂ ਦੇ ਦਈਏ ਸੈਕਿੰਡ ਰਾਊਂਡ ਦਾ ਪਹਿਲਾ ਮੈਚ ਕਣਕਵਾਲ ਤੇ ਝਨੇੜੀ ਮਾਧੋ ਦਾਸ ਝਨੇੜੀ ਤੇ ਕਣਕਵਾਲ ਮਾਧੋ ਦਾਸ ਝਨੇੜੀ ਤੇ ਕਣਕਵਾਲ ਦੂਜੇ ਰਾਊਂਡ ਦੇ ਪਹਿਲੇ ਮੈਚ ਤੋਂ ਬਾਅਦ ਸਾਡੇ ਵੀਰ ਬਿੱਲਾ ਲਾਟੋ ਦੇ ਨਾਲ ਗੋਏ ਬਈ MLA ਸਾਹਿਬ ਪਹਿਲੇ ਵਿੱਚ ਹੀ MLA ਸਾਹਿਬ ਆਪਣਾ ਘਰ ਦਾ ਕਬੱਡੀ ਕੱਪ ਹੈ ਵਿਧਾਇਕ ਸਾਹਿਬ ਉਹਨਾਂ ਦੀ ਸਾਰੀ ਟੀਮ ਨੇ
ਬਹੁਤ ਵੱਡੀ ਜਿਹੜੀ ਮਿਹਨਤ ਕੀਤੀ ਹੈ, ਦਰਸ਼ਕਾਂ ਦਾ ਇਕੱਠ ਬਹੁਤ ਵੱਡੀ ਗਿਣਤੀ ਹੈ। ਇੱਕ ਵਾਰੀ ਪ੍ਰਬੰਧਕ ਵੀਰਾਂ ਦੇ ਨਾਂ ਤੇ ਆਪਾਂ ਜ਼ੋਰਦਾਰ ਤਾੜੀਆਂ ਮਾਰ ਦਈਏ। ਪਹਿਲਾ ਕਬੱਡੀ ਕੱਪ ਹੈ, ਪਰ ਪ੍ਰਬੰਧ ਇਦਾਂ ਲੱਗਦੇ ਵੀ ਜਿਵੇਂ ਪੰਦਰਵਾਂ ਸੋਲਵਾਂ ਕਬੱਡੀ ਕੱਪ ਹੋਵੇ। ਵੜੈਸ ਸਾਹਿਬ ਉਹਨਾਂ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ, ਵੱਡਾ ਇਕੱਠ ਕੀਤਾ। ਇੱਕ ਵਾਰੀ ਸਾਰੀ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਅੱਜ ਇਸ ਕਬੱਡੀ ਕੱਪ ਨੂੰ ਕਬੱਡੀ ਦਾ ਮਹਾਂਕੁੰਭ ਬਣਾਇਆ। ਵੜੈਸ ਪਰਿਵਾਰ ਸਾਰੀ ਸੰਗਤ ਦਾ ਵੱਡਾ ਧੰਨਵਾਦ ਕਰਦਾ, ਤੇ ਜਿੰਨੇ ਵੀ ਸਤਿਕਾਰਯੋਗ ਵੀਰ ਜਿਹੜੇ ਸਾਡੇ ਦਰਬਾਰ ਰਾਜਨੀਤਿਕ ਪਾਰਟੀਆਂ ਤੋਂ ਆਗੂ ਆਏ ਹੋਏ ਨੇ, ਸਾਰਿਆਂ ਨੂੰ ਨਿੱਕੀ ਜੀ ਆਪ ਜਹਾਂ ਜੀ ਬਈ ਵਾਹ। ਕੱਲ੍ਹ ਕਬਾਰ ਦੇ ਝਰੇੜੀ ਜਿਹੜੇ ਟੀਮਾਂ ਬਿਲਕੁਲ ਗਰਾਊਂਡ ਵਿੱਚ ਆਏ ਹਨ, ਉਸ ਤੋਂ ਸਾਡੇ ਬਾਅਦ ਵੀ ਸਤਿਕਾਰ ਦੇ ਜੋਗ ਸਰਦਾਰ ਗੁਰਦੀਪ ਸਿੰਘ ਜੀ ਮੁੰਡੀਆ MLA ਸਾਹਿਬ ਸਾਹਮਣੇ ਜਿੱਤ ਜਾਂਦੇ ਕਦੇ ਇਸ ਇਲਾਕੇ ਦੀ ਨਾਲ ਪ੍ਰੋਫੈਸਰ ਬਲਜਿੰਦਰ ਕੌਰ ਜੀ MLA ਤਲਵੰਡੀ ਸਾਬੋ ਵਿਸ਼ੇਸ਼ ਤੌਰ ਤੇ ਬਣੇ ਹੋਏ ਨੇ। ਆਹ ਟੀਮੋ ਹੈ, ਉਹ ਟੀਮੋ ਤਾਂ ਹੋਈ ਤਾਰੀ ਜੱਫੇ ਇਹਨੇ ਵੀ ਟੱਕਣ ਜੋੜੇ, ਜੱਫੇ ਇਹਨੇ ਵੀ ਟੱਕਣ ਜੋੜੇ। MLA ਸਾਹਿਬ ਆਹ ਦੇਖੋ, ਆਹ ਦੇਖੋ ਅਗਲੇ ਮੈਨੂੰ ਮੇਰੀ ਬੇਨਤੀ ਹੈ ਵੀ ਕਬੱਡੀ ਇੱਕ ਪਿੰਡ ਉੱਪਰ ਦੂਜੇ ਰਾਉਂਡ ਦਾ ਪਹਿਲਾ ਮੈਚ
ਬਾਬਾ ਮਾਧੋ ਦਾਸ ਕਬੱਡੀ ਕਲੱਬ ਝੁਨੇਰੀ ਤੇ ਝੁਨੇਰੀ ਮੁਕਾਬਲਾ ਚੋਟੀ ਦਾ ਹੋਏ ਪੀਲਾ ਗਰਾਊਂਡ ਜਾ ਕੇ ਰਹਿਣ ਇਹ ਮੈਚ ਦਾ ਆਪਾਂ ਵੇਖੀਏ ਮੈਦਾਨ ਦੇ ਵਿੱਚ ਬਾਬਾ ਦੀਪ ਸਿੰਘ ਕਬੱਡੀ ਕਲੱਬ